ਸਪੀਚ ਹੁੰਦਾ ਸੀ ਤੇ ਮੈਂ ਉਦੋਂ ਆ ਟੋਟੇ ਟੋਟੇ ਵੀ ਕਰਦਾ ਸੀ ਦਿਲ ਚੋਰੀ ਵੀ ਕਰਦਾ ਆ ਹੁਣ ਮੈਂ ਪੰਨੇ ਜਿਹਾ ਢੱਕਣ ਲੱਗ ਪਿਆ ਮੈਂ ਕਿਹਾ ਸਿਆਣੇ ਹੋ ਗਏ ਜਿੱਦਣ ਦਾ ਮੁੰਡੇ ਦੇ ਮੁੰਡਾ ਹੋ ਗਿਆ ਮੈਂ ਕਿਹਾ ਯਾਰ ਹੁਣ ਸਾਡ ਐਵੇਂ ਸਿਰ ਜਿਹਾ ਹਿਲਾਉਣਾ ਮੈਂ ਕਿਹਾ ਹੁਣ ਬੁੜੇ ਹੋ ਗਏ ਹੁਣ ਸਿਰ ਜਿਹਾ ਢੱਕ ਕੇ ਤੁਰੇ ਫਿਰੇ ਉਦੋਂ ਜਦੋਂ ਉੱਥੇ ਭੁਚਾਲ ਆਇਆ ਤੇ ਪ੍ਰਧਾਨ ਮੰਤਰੀ ਨਹੀਂ ਸੀ ਉਦੋਂ ਬਣੇ ਸੀਐਮ ਪਹਿਲੀ ਵਾਰੀ ਬਣੇ ਸੀ ਭੁੱਜ ਵਿੱਚ ਭੁਚਾਲ ਆਇਆ ਸੀ ਜਰਾ ਗੱਲ ਗੌਰ ਨਾਲ ਸੁਣਿਓ ਫਿਲਮ ਇੰਡਸਟਰੀ ਨੂੰ ਇਹਨਾਂ ਨੇ ਕਿਹਾ ਹੋਏ ਪੈਸੇ ਪੂਸੇ ਇਕੱਠੇ ਕਰਕੇ ਲਿਆਓ ਬਹੁਤ ਬੁਰਾ ਹਾਲ ਹੈ ਗੁਜਰਾਤ ਦਾ ਫਿਲਮ ਇੰਡਸਟਰੀ ਐਕਟਰ ਹੀਰੋ ਹੀਰੋਇਨ ਤੁਹਾਨੂੰ ਪਤਾ ਉਹਨਾਂ ਦਾ ਪਤਾ ਉਹਨਾਂ ਨੇ ਕਿਹਾ ਸੀਐਮ ਪਹਿਲੀ ਵਾਰੀ ਬਣਿਆ ਉਹਨਾਂ ਨੇ ਈਜ਼ੀ ਲਿਆ ਮੈਨੂੰ ਕਿਹਾ ਉੱਥੇ ਵੀ ਪੰਜਾਬੀ ਬੈਠੇ ਸੰਤ ਸਿੰਘ ਛਤਵਾਲ ਵਗੈਰਾ ਮਹਿੰਦਰ ਗਿੱਲ ਉਹ ਕਹਿਣ ਲੱਗੇ ਯਾਰ ਤੁਹਾਡਾ ਸੀਐਮ ਕਹਿ ਰਿਹਾ ਅਮਰੀਕਾ ਚੋਂ ਪੈਸੇ ਇਕੱਠੇ ਕਰੋ ਫਿਲਮ ਇੰਡਸਟਰੀ ਆ ਨਹੀਂ ਰਹੀ ਮੈਂ ਕਿਹਾ ਮੈਨੂੰ ਫਿਲਮ ਇੰਡਸਟਰੀ ਦਾ ਪਤਾ ਨਹੀਂ ਆਸ਼ਕਾਂ ਦੀ ਮਸੀਤ ਤੋਂ ਵੱਖਰੀ ਹੁੰਦੀ ਮੈਂ ਆ ਜਾਂਦਾ ਉਦੋਂ ਕਲਿੰਟਨ ਸਾਹਿਬ ਸੀਗੇ ਉੱਥੇ ਦੇ ਪ੍ਰੈਜੀਡੈਂਟ ਲਓ ਦੋਸਤੋ ਮੈਂ ਅਮਰੀਕਾ ਚਲੇ ਗਿਆ ਇਕੱਲਾ ਹੀ ਉੱਥੇ ਗਾਉਣ ਲੱਗ ਪਿਆ ਕਲਿੰਟਨ ਸਾਹਿਬ ਹੋਸਟ ਹੁੰਦੇ ਸੀ ਸਾਰਾ ਅਮਰੀਕਾ ਦੇ ਧਨਾੜ ਇਕੱਠੇ ਹੋ ਗਿਆ ਦੋ ਤਿੰਨ ਪ੍ਰੋਗਰਾਮ ਕਰਕੇ ਮੈਂ ਮੋਦੀ ਸਾਹਿਬ ਨੂੰ ਉਦੋਂ $2.5 million ਹੁਣ ਪੰਜਾਬੀ ਚ ਦੋਸਤ ਨਹੀਂ ਆ ਰਿਹਾ ਏਦਾਂ ਹੀ ਉੱਥੇ ਅਮਰੀਕਾ ਲਿਖੀ ਸੀ ਉਦੋਂ ਮੈਂ ਏਦਾਂ ਹੀ ਕਹਿਤਾ ਯਾਨੀ ਕਰੋੜਾਂ ਰੁਪਈਆ ਲਿਆ ਕੇ ਮੈਂ ਇਕੱਲੇ ਨੇ ਜਦੋਂ ਫੜਾਇਆ ਤੇ ਉਦੋਂ ਦਾ ਉਹਨਾਂ ਨੂੰ ਯਾਦ ਸੀ ਉਹਨੇ ਕਿਹਾ ਲੱਭ ਕੇ ਲਿਆਓ ਯਾਰ ਉਹਨੂੰ ਅੰਬਾਲੇ ਤੋਂ ਬਾਅਦ ਫਿਰ ਆਪੇ ਮੈਨੂੰ ਲੱਭਣ ਲੱਗ ਪਿਆ ਉੱਥੇ ਲੈ ਗਿਆ ਟਿਕਟ ਟੁਕਟ ਤਾਂ ਮੈਨੂੰ ਮੰਗਣੀ ਨਹੀਂ ਆਉਂਦੀ ਮੈਨੂੰ ਪਤਾ ਕਿ ਅੱਜ ਤੱਕ ਜੋ ਮੰਗਿਆ ਮੈਂ ਮਾਲਕ ਆਪਣੇ ਤੋਂ ਮੰਗਿਆ ਸਤਿਗੁਰ ਤੋਂ ਮੰਗਿਆ ਮੁਰਸ਼ਦ ਤੋਂ ਮੰਗਿਆ ਜਿਹੜਾ ਇਸ ਕਾਇਨਾਤ ਦਾ ਮਾਲਕ ਹੈ ਜਿਹਦੇ ਕਬਜ਼ੇ 'ਚ ਮੇਰੇ ਜਾਨ ਹੈ ਭਾਵੇਂ ਹੁਣੇ ਲੈ ਲਵੇ ਮੈਨੂੰ ਪਤਾ ਹੁੰਦਾ ਕਿ ਉਹ ਹੀ ਦੇ ਸਕਦਾ ਬੰਦਾ ਤੇ ਬੰਦੇ ਨੂੰ ਹਰ ਵਾਰ ਧੋਖਾ ਦਿੰਦਾ ਲਓ ਜੀ ਤੁਸੀਂ ਹੈਰਾਨ ਹੋਵੋਗੇ ਮੈਂ ਮਿਲਿਆ ਮੈਨੂੰ ਪਾਤਾ ਸਾਫਾ ਤੇ ਮੈਨੂੰ ਕਹਿੰਦੇ ਕਹਿ ਜਰਾ ਭਾਰਤ ਮਾਤਾ ਕੀ ਇੱਕ ਵਾਰੀ ਕਹਿੰਦੇ ਕਹਿ ਭਾਰਤੀ ਜਨਤਾ ਪਾਰਟੀ ਮੈਂ ਕਿਹਾ ਹੁਣ ਕੀ ਕਰਨਾ ਕਹਿੰਦੇ ਹੁਣ ਛਾਲ ਮਾਰ ਕੇ ਗੱਡੀ 'ਚ ਚੜ ਜਾ ਮੈਂ ਕਿਹਾ ਜੀ ਮੈਂ ਇੱਥੇ ਉੱਥੇ ਹਰਿਆ ਆ ਮੈਨੂੰ ਦੋ ਵਾਰੀ ਹਰਾਇਆ ਜਿੱਥੇ ਮੇਰਾ ਘਰ ਸੀ ਜਦੋਂ ਮੈਨੂੰ ਬੜਾ ਵਹਿਮ ਸੀ ਮੇਰੇ ਕੋਲ ਪੈਸਾ ਬੜਾ ਆ ਜੋਬਨ ਸੀ ਜਦ ਜਤਨ ਸੀ ਜੋਬਨ ਸੀ ਜਦ ਜਤਨ ਸੀ ਲਾਗੂ ਸੀ ਹਰ ਕੋ ਜੋਬਨ ਜਤਨ ਗਵਾ ਕੇ ਮੋਦੀਆ ਅੱਜ ਮੈਂ ਗਈ ਨਵਾਣੀ ਹੋ ਮੈਂ ਹੁਣ ਕਿੱਥੇ ਜਾਵਾਂ ਉਹ ਮੈਨੂੰ ਕਿੱਥੇ ਫਸਾ ਰਿਹਾ ਦਿੱਲੀ 'ਚ ਇੱਥੇ ਕੌਣ ਮੈਨੂੰ ਜਿੱਤਣ ਦਊਗਾ ਮੈਂ ਕਰਨਾ ਕੀ ਆ ਕਹਿਣ ਲੱਗਿਆ ਬਸ ਤੂੰ ਹੁਣ ਤੂੰ ਨਜ਼ਾਰੇ ਦੇ ਬਥੇਰਾ ਖੱਜਲ ਖਰਾਬ ਹੋ ਰਿਹਾ ਪੂਰੇ ਹਿੰਦੁਸਤਾਨ ਦੀਆਂ ਟਿਕਟਾਂ ਵੰਡ ਦਿੱਤੀਆਂ ਸੀ ਇੱਕ ਟਿਕਟ ਮੇਰੇ ਲਈ ਸਾਂਭੀ ਹੋਈ ਸੀ ਦੇਖੋ ਮਾਂ ਦੇ ਪੁੱਤ ਨੇ ਛਾਲ ਮਾਰ ਕੇ ਕਹਿੰਦਾ ਗੱਡੀ 'ਚ ਚੱਲ ਜਾ ਕਾਫਲਾ ਬੀਜੇਪੀ ਨੇ ਪਹਿਲੇ ਤਿਆਰ ਕੀਤਾ ਸੀ ਇੱਕ ਵਾਰੀ ਤੂੰ ਕਹਿਣਾ ਭਾਰਤ ਮਾਤਾ ਕੀ ਜੈ ਤੇ ਉਹਨੂੰ ਕਹਿਣ ਲੱਗੇ ਕਿ ਤਲਾਸ਼ੀ ਲੈ ਲਓ ਆਪਣੇ ਲੀਡਰਾਂ ਨੂੰ ਇਹਦਾ ਇੱਕ ਵੀ ਰੁਪਈਆ ਖਰਚਣਾ ਹੋਵੇ ਤੇ MP ਬਣਾ ਕੇ ਮੇਰੇ ਕੋਲ ਲੈ ਆਓ ਇਹਨੂੰ ਇਹ ਆ ਲੀਡਰ ਇਹ ਆ ਕਮਿਟਮੈਂਟ ਵਾਲਾ 15-20 ਦਿਨ ਲੋਕੋ ਮੈਨੂੰ ਮਿਲੇ ਇੱਥੇ ਜਿਹਨੂੰ ਮੈਂ ਆਪਣੇ ਸਮਝਦਾ ਸੀ ਘਰਦੇ ਸਮਝਦਾ ਸੀ ਉਹ ਤਾਂ ਸੀਗੇ ਘਰਦੇ ਸਿਆਸਤ ਐਸੀ ਬਰੀਕ ਚੀਜ਼ ਆ ਉਦੋਂ ਨਾਂ ਨੂੰ ਬੜਾ ਸੀ ਫਿਲਮਾਂ 'ਚ ਗਾਉਂਦਾ ਸੀ ਤਾੜੀਆਂ ਤੂੜੀਆਂ ਵੱਜਣੀਆਂ ਉਹਨਾਂ ਨੇ ਕਿਹਾ ਇਹਦਾ ਤਾਂ ਪਹਿਲਾਂ ਹੀ ਬੜਾ ਨਾਂ ਆਇਆ ਇਹਨੂੰ ਹਰਾ ਦਿਓ ਇਹ ਕਿਤੇ ਇਨਸਿਕਿਓਰ ਹੁੰਦੇ ਪੋਲੀਟੀਸ਼ੀਅਨ ਉਹ ਕਹਿੰਦੇ ਜਿਹੜਾ ਬਾਹਲਾ ਸਟਾਰ ਹੈ ਨਾ ਇਹਨੂੰ ਉੱਦਾਂ ਸ਼ਾਮਿਲ ਕਰ ਲਓ ਤਾਂ ਉੱਦਾਂ ਕਾਮਯਾਬ ਨਾ ਹੁਣ ਪਿਛਲਾ ਜਿਹਾ ਬਣਾ ਕੇ ਜਦੋਂ ਸ਼ਾਮਿਲ ਕਰਦੇ ਆ ਬੜੇ ਵਾਜੇ ਕਰਦੇ ਆ ਨਾ ਬਾਅਦ 'ਚ ਸ਼ਾਮਿਲ ਵਾਜਾ ਹੀ ਬਣਾ ਕੇ ਰੱਖ ਦਿੰਦੇ ਆ ਇਹ ਮੇਰੇ ਨਾਲ ਹੋਈ ਆ ਲਓ ਜੀ MP ਬਣਾ ਕੇ ਮੈਨੂੰ ਜਦੋਂ ਮੋਦੀ ਸਾਹਿਬ ਕੋਲ ਲਿਆਏ ਤੇ ਤਲਾਸ਼ੀ ਲੈ ਲਈ ਸੀ ਪਹਿਲੇ ਦਿਨ ਵੀ 1 ਰੁਪਈਆ ਖਰਚਣਾ ਹੋਵੇ ਤੇ ਪੱਤਰਕਾਰ ਪੁੱਛਦੇ ਇੱਥੇ ਦਾ ਤੇ ਉੱਥੇ ਦਾ ਕੀ ਫਰਕ ਆ ਮੈਂ ਕਿਹਾ ਇੱਥੇ ਇਹਨਾਂ ਨੇ ਪਹਿਲਾਂ ਤਲਾਸ਼ੀ ਲੈ ਲਈ ਸੀ 1 ਰੁਪਈਆ ਖਰਚਣਾ ਹੋਵੇ ਜਦੋਂ ਮੈਂ ਲੋਕ ਸਭਾ ਹਾਰਿਆ ਉਹਨਾਂ ਨੇ ਤਲਾਸ਼ੀ ਲਈ ਸੀ ਵੀ 1 ਰੁਪਈਆ ਬਚਿਆ ਤਾਂ ਨਹੀਂ ਇਹਦੀ ਜੇਬ 'ਚ ਸਾਰਾ ਕੁਛ ਹੀ ਵੇਖਿਆ ਸੀ ਲੋਕੋ ਮੇਰਾ ਕੋਠੀਆਂ ਕਾਰਾਂ ਸਾਰਾ ਕੁਛ ਇਹ